गुरु अर्जन देव जी दे नाल कुछ सिख श्रद्धालु भी लाहौर लई रवाना हो गए। ਜਿਨ੍ਹਾਂ ਨੇ ਲਾਹੌਰ ਨੂੰ ਹੈਜਾ ਮੁਕਤ ਕੀਤਾ ਸੀ ਭਾਈ ਜਾਨ, ਇਹ ਤਾਂ ਬਿਮਾਰ ਲੋਕਾਂ ਨੂੰ ਰੋਟੀ ਵੀ ਖਵਾਉਂਦੇ ਸੀ। ਇਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਜੀਂਦਾ ਹਾਂ, ਪਰ ਇਹਨਾਂ ਨੂੰ ਫੜ ਕੇ ਕਿਉਂ ਲਿਜਾ ਰਹੇ ਆ? ਇੱਥੇ ਹੀ ਰੁਕੋ, ਖਾਨ ਮੁਰਤਜ਼ਾ ਇੱਥੇ ਆਉਂਦੇ ਹੀ ਹੋਣਗੇ। ਜਾਨ, ਮੁਸਾਫਰਾਂ ਦੇ ਲਈ ਕੁਝ ਦਾਣੇ ਪਾਣੀ ਦਾ ਬੰਦੋਬਸਤ ਹੋ ਸਕਦਾ? ਮੇਰਾ ਕੰਮ ਆ ਤੁਹਾਡੇ ਤੇ ਨਜ਼ਰ ਰੱਖਣਾ, ਖਾਤਰਦਾਰੀ ਕਰਨਾ ਨਹੀਂ। ਉਹ ਭਾਈ, ਇੰਨਾ ਤਾਂ ਕੋਈ ਉਮੀਦ ਨਾ ਰੱਖੋ, ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਹੈ। ਖੁਸ਼ਾਮਦੇਦ, ਖੁਸ਼ਾਮਦੇਦ। ਤੁਹਾਨੂੰ ਇੱਥੇ ਜਾਨਵਰਾਂ ਦੇ ਕੋਲ ਕਿਹਨੇ ਬਿਠਾਇਆ ਹੈ? ਅਸੀਂ ਜਾਣਦੇ ਹਾਂ ਕਿ ਅਜਿਹਾ ਸਲੂਕ ਕਿਹਦੇ ਕਹਿਣ ਤੇ ਹੋ ਰਿਹਾ, ਬਸ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਉਂ ਹੋ ਰਿਹਾ। ਵੇਖੋ, ਗੱਲ ਇੱਕਦਮ ਸਿੱਧੀ ਹੈ। ਖੁਸਰੋ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਬਾਦਸ਼ਾਹ ਦੇ ਖਿਲਾਫ ਸ਼ਮਸ਼ੀਰ ਉਠਾਈ ਸੀ ਉਹਨੇ। ਸ਼ਮਸ਼ੀਰ ਤਾਂ ਖਾਮੋਸ਼ ਹੋ ਗਈ, ਪਰ ਹੁਣ ਅਜੇ ਹੋਰ ਵੀ ਕੰਮ ਕਰਨੇ ਬਾਕੀ ਨੇ। ਆਸ਼ੀਰਵਾਦ ਦੇਣਾ ਕੋਈ ਗੁਨਾਹ ਤਾਂ ਨਹੀਂ? ਹਾਂ, ਗੁਨਾਹ ਹੈ। ਬਾਗੀਆਂ ਨੂੰ ਆਸ਼ੀਰਵਾਦ ਦੇਣਾ ਗੁਨਾਹ ਹੈ, ਤੇ ਉਸ ਤੋਂ ਵੀ ਵੱਡਾ ਗੁਨਾਹ ਹੈ ਆਪਣਾ ਦਰਬਾਰ ਚਲਾਉਣਾ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ। ਡਰੋ ਨਹੀਂ, ਤੁਸੀਂ ਤੇ ਸੰਤ ਹੋ, ਦਰਵੇਸ਼ ਹੋ, ਬਹੁਤ ਸਾਰੇ ਲੋਕ ਤੁਹਾਨੂੰ ਮੰਨਦੇ ਨੇ, ਬੜੀ ਮੰਨਤਾ ਹੈ ਤੁਹਾਡੀ। ਵੇਖੋ, ਸਾਡਾ ਮਜ਼ਹਬ ਮਜ਼ਹਬੀ ਲੋਕਾਂ ਦਾ ਖੂਨ ਵਹਾਉਣ ਤੋਂ ਮਨਾ ਕਰਦਾ ਹੈ। ਤੁਹਾਡਾ ਖੂਨ ਨਹੀਂ ਬਹਿਣ ਦਿਆ ਗਿਆ ਸੀ। ਨਜ਼ਰ ਬੰਦ ਕਰ ਲਓ ਤੇ ਮਹਿਮਾਨ ਖਾਨੇ 'ਚ ਇਹਨਾਂ ਦਾ ਬੰਦੋਬਸਤ ਕਰੋ। ਜੇ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਇੱਕ ਹੈ, ਤਾਂ ਫਿਰ ਇਸਲਾਮ ਦਾ ਪ੍ਰਚਾਰ ਕਿਉਂ ਨਹੀਂ ਕਰਦੇ? ਗੁਰੂ ਸਾਹਿਬ ਨੇ ਫਰਮਾਇਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੋ ਰਾਮ ਕੇ ਪਿੰਡ ਪਰਾਨ। ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਇਸ ਨਾ ਫਰਮਾਨੀ ਦਾ ਨਤੀਜਾ ਕੀ ਹੋ ਸਕਦਾ ਹੈ। ਗੁਰੂ ਜੀ ਨੇ ਕਿਹਾ, ਅਗਰ ਇੱਕ ਪਰਮਾਤਮਾ ਦਾ ਪ੍ਰਚਾਰ ਕਰਨਾ ਗੁਨਾਹ ਹੈ, ਤਾਂ ਅਸੀਂ ਉਸ ਦੇ ਗੁਨਾਹਗਾਰ ਹਾਂ। ਫਿਰ ਯਾਸਾ ਦੇ ਕਾਨੂੰਨ ਦੇ ਮੁਤਾਬਿਕ ਸਜ਼ਾ ਭੁਗਤਣ ਦੇ ਲਈ ਤਿਆਰ ਕਰ ਲਓ ਆਪਣੇ ਇਸ ਗੁਰੂ ਨੂੰ। ਹਜ਼ੂਰ, ਸਾਈ ਮੀਆਂ ਮੀਰ ਜੀ ਆਏ ਨੇ। ਮੀਆਂ ਮੀਰ ਜੀ, ਆਉਣ ਦਿਓ। ਤੁਸੀਂ ਇਹ ਗਲਤ ਕਰ ਰਹੇ ਹੋ, ਅੱਲਾਹ ਦੇ ਬੰਦਿਆਂ ਨਾਲ ਇਹ ਸਲੂਕ ਠੀਕ ਨਹੀਂ ਹੈ। ਸਾਹਿਬ ਜੀ, ਕੀ ਠੀਕ ਹੈ ਤੇ ਕੀ ਠੀਕ ਨਹੀਂ ਹੈ, ਇਹ ਤਾਂ ਬਾਦਸ਼ਾਹ ਜਾਣਦੇ ਨੇ। ਮੈਂ ਤਾਂ ਬਾਦਸ਼ਾਹ ਅੱਗੇ ਵੀ ਇਹੀ ਫਰਿਆਦ ਕਰਨਾ ਚਾਹੁੰਦਾ। ਬਾਦਸ਼ਾਹ ਸਾਨੂੰ ਹੁਕਮ ਕਰਕੇ ਕਸ਼ਮੀਰ ਰਵਾਨਾ ਹੋ ਚੁੱਕੇ ਨੇ, ਹੁਣ ਤਾਂ ਸਜ਼ਾ ਹੋ ਕੇ ਰਹੇਗੀ। ਇਹ ਕਹਿਰ ਹੋ ਰਿਹਾ ਹੈ, ਕਹਿਰ।
या अल्लाह। तैयार है? जी हजूर, सब तैयार है। ध्यान रखना, खून नहीं वहना चाहिए। काफरां नूं लैके आओ। अजे भी अपना फैसला बदल लो। अल्लाह दे बंदे दे नाल एक कैर ना करो, ना करो। चंगेज खान के दरबार च तीन सजावां होंदियां सी। तपत लो, तपत बालू, तपत नीर। अब जे मन डर रहा है तो अजे भी वेला है, अब फैसला बदल लो। आखिरी मौका है, बस एक कदम पिछे लेना है। चलो लगाओ डुबकी।
ਇਹ ਜੀਆਂ ਸੋਹਣੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਹੀ ਬਣੇ ਬੈੱਲ ਆਈਕਨ ਬਟਨ ਨੂੰ ਪ੍ਰੈੱਸ ਕਰੋ ਜੀ, ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ।